ਪੰਜਾਬੀ ਖਬਰਾਂ ਦੇ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਹੈ। ਮੈਂ ਤੁਹਾਡਾ ਦੋਸਤ ਹੋਸ ਪਰਮਜੀਤ ਸਿੰਘ ਭਗਨਾ। ਸਭ ਤੋਂ ਪਹਿਲਾਂ ਨਿਗਾ ਮਾਰਦੇ ਆ ਅੱਜ ਦੀਆਂ ਮੁੱਖ ਖਬਰਾਂ ਤੇ, ਉਸ ਤੋਂ ਬਾਅਦ ਗੱਲ ਕਰਾਂਗੇ ਵਿਸਥਾਰ ਦੇ ਨਾਲ। ਪੰਜਾਬ ਆਉਣ ਵਾਲੇ ਵਿਅਕਤੀਆਂ ਵਾਸਤੇ ਪੰਜਾਬ ਸਰਕਾਰ ਨੇ ਕੀਤੀ ਐਡਵਾਈਜ਼ਰੀ ਜਾਰੀ। ਪੀਐਮ ਨੇ ਲਾਂਚ ਕੀਤਾ ਆਤਮ ਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੰਜ। ਗਰਮੀ ਤੇ ਹੁੰਮਸ ਤੋਂ ਰਾਹਤ, ਪੰਜਾਬ ਦੇ ਇਹਨਾਂ ਜ਼ਿਲ੍ਹਿਆਂ 'ਚ ਪੈ ਸਕਦਾ ਮੀਂਹ। ਸਰਕਾਰੀ ਸਰਪ੍ਰਸਤੀ ਬਗੈਰ ਸੰਭਵ ਨਹੀਂ, ਡਰੱਗ ਮਾਫੀਆ ਵੱਲੋਂ 5 ਕਰੋੜ ਗੋਲੀਆਂ ਦਾ ਗਬਨ ਭਗਵੰਤ ਮਾਨ। ਪਹਾੜਾਂ 'ਚ ਜਾਣ ਵਾਲਿਆਂ ਵਾਸਤੇ ਹਿਮਾਚਲ ਪ੍ਰਦੇਸ਼ ਦੇ ਖੁੱਲ੍ਹ ਗਏ ਰਾਹ, ਜਾਣ ਵਾਸਤੇ ਹੋਣਗੀਆਂ ਇਹ ਸ਼ਰਤਾਂ। ਪੰਜਾਬ ਕੈਬਨਿਟ ਵਿੱਚ ਸਿੱਧੂ ਦੀ ਵਾਪਸੀ ਦੇ ਚਰਚੇ, ਬਣ ਸਕਦੇ ਨੇ ਬਿਜਲੀ ਮੰਤਰੀ। ਕਾਂਗਰਸ ਤੇ ਆਮ ਆਦਮੀ ਪਾਰਟੀ ਕਿਸਾਨਾਂ ਨੂੰ ਗੁੰਮਰਾਹ ਕਰਨ ਤੋਂ ਬਾਜ ਆਵੇ ਅਮਿਤ ਅਰੋੜਾ। ਹੁਣ ਖਬਰਾਂ ਵਿਸਥਾਰ ਦੇ ਨਾਲ। ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਦਾਖਲ ਹੋਣ ਵਾਲੇ ਸਾਰੇ ਵਿਅਕਤੀਆਂ ਵਾਸਤੇ ਐਡਵਾਈਜ਼ਰੀ ਜਾਰੀ ਕੀਤੀ ਹੈ ਤੇ ਇਹ ਐਡਵਾਈਜ਼ਰੀ 7/7/2020 ਤੋਂ ਲਾਗੂ ਹੋ ਜਾਵੇਗੀ। ਤੇ ਇਸ ਐਡਵਾਈਜ਼ਰੀ ਦੇ ਵਿੱਚ ਸਾਫ਼ ਕਿਹਾ ਗਿਆ ਕਿ ਕੋਈ ਵੀ ਵਿਅਕਤੀ, ਚਾਹੇ ਕੋਈ ਵੱਡਾ ਜਾਂ ਫਿਰ ਨਾਬਾਲਗ, ਜੋ ਵੀ ਆਵਾਜਾਈ ਦੇ ਮਾਧਿਅਮ ਰਾਹੀਂ ਪੰਜਾਬ ਦੇ ਵਿੱਚ ਦਾਖਲ ਹੁੰਦਾ, ਬੇਸ਼ੱਕ ਉਹ ਸੜਕੀ ਆਵਾਜਾਈ ਤੇ ਆਇਆ ਜਾਂ ਰੇਲ ਜਾਂ ਹਵਾਈ ਯਾਤਰਾ ਦੇ ਜ਼ਰੀਏ ਪੰਜਾਬ ਦੇ ਵਿੱਚ ਐਂਟਰ ਕਰ ਰਿਹਾ, ਤਾਂ ਉਸ ਦੇ ਪੰਜਾਬ ਵਿੱਚ ਦਾਖਲ ਹੋਣ ਸਮੇਂ ਡਾਕਟਰੀ ਜਾਂਚ ਕੀਤੀ ਜਾਊਗੀ ਤੇ ਅਜਿਹੇ ਵਿਅਕਤੀ ਨੂੰ ਪੰਜਾਬ ਦੇ ਵਿੱਚ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਹੇਠ ਲਿਖੇ ਢੰਗ ਜੋ ਨੇ ਉਹਨਾਂ ਦੇ ਹਿਸਾਬ ਨਾਲ ਖੁਦ ਨੂੰ ਆਪਣੇ ਆਪ ਈ ਰਜਿਸਟਰ ਵੀ ਕਰਨਾ ਹੋਊਗਾ ਤੇ ਬਾਕੀ ਦੀਆਂ ਜੋ ਸਾਵਧਾਨੀਆਂ ਨੇ ਉਹ ਵੀ ਵਰਤਣੀਆਂ ਪੈਣਗੀਆਂ। ਜੋ ਵਿਅਕਤੀ ਸੜਕ ਦੇ ਰਾਹੀਂ ਪੰਜਾਬ ਦੇ ਵਿੱਚ ਆ ਰਿਹਾ, ਆਪਣੀ ਨਿੱਜੀ ਗੱਡੀ ਲੈ ਕੇ ਪੰਜਾਬ ਦੇ ਵਿੱਚ ਐਂਟਰ ਕੀਤਾ, ਤਾਂ ਉਸ ਨੂੰ ਆਪਣੇ ਮੋਬਾਈਲ ਫੋਨ ਦੇ ਵਿੱਚ ਕੋਵਾ ਐਪ ਡਾਊਨਲੋਡ ਕਰਨਾ ਜ਼ਰੂਰੀ ਹੋਊਗਾ ਅਤੇ ਇਹਦੇ ਨਾਲ ਨਾਲ ਯਾਤਰਾ ਦੇ ਦੌਰਾਨ ਉਸ ਨਾਲ ਮੌਜੂਦ ਪਰਿਵਾਰ ਦੇ ਹਰੇਕ ਮੈਂਬਰ ਨੂੰ ਰਜਿਸਟਰ ਕਰਨਾ ਹੋਊਗਾ। ਈ ਰਜਿਸਟ੍ਰੇਸ਼ਨ ਸਲਿੱਪ ਡਾਊਨਲੋਡ ਕਰਕੇ ਉਹਨਾਂ ਨੂੰ ਆਪਣੀ ਗੱਡੀ ਦੇ ਫਰੰਟ ਸ਼ੀਸ਼ੇ ਦੇ ਵਿੱਚ ਲਾਣੀ ਹੋਵੇਗੀ। ਵਿਅਕਤੀ ਜਨਤਕ ਆਵਾਜਾਈ ਜਾਂ ਰੇਲ ਹਵਾਈ ਯਾਤਰਾ ਰਾਹੀਂ ਆ ਰਿਹਾ, ਤਾਂ ਉਸਨੂੰ ਮੋਬਾਈਲ ਫੋਨ ਤੇ ਸਲਿੱਪ ਆਪਣੇ ਕੋਲ ਰੱਖਣੀ ਬੜੀ ਜ਼ਰੂਰੀ ਹੋਵੇਗੀ। ਤੇ ਉੱਥੇ ਤੁਹਾਨੂੰ ਦੱਸ ਦਈਏ ਕਿ kova.punjab.gov.in ਦੇ ਉੱਪਰ ਜਾ ਕੇ ਜਿਹੜਾ ਤੁਸੀਂ ਇੱਥੇ ਲੌਗਇਨ ਕਰਕੇ ਰਜਿਸਟ੍ਰੇਸ਼ਨ ਵਾਲੇ ਕਾਲਮ ਦੇ ਵਿੱਚ ਜਾ ਕੇ ਤੁਸੀਂ ਇਸ ਐਪ ਦੀ ਪੂਰੀ ਜਾਣਕਾਰੀ ਤੇ ਯਾਤਰਾ ਦੀ ਆਪਣੀ ਸਾਰੀ ਜਾਣਕਾਰੀ, ਪਰਿਵਾਰ ਦੀ ਸਾਰੀ ਜਾਣਕਾਰੀ, ਈ ਰਜਿਸਟ੍ਰੇਸ਼ਨ ਤੁਹਾਨੂੰ ਕਰਨੀ ਹੋਵੇਗੀ। ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਅਵਰੋਧਕ ਪੈਰਾ 3.1 ਦੇ ਵਿੱਚ ਦਿੱਤੀ ਪ੍ਰਤੀਕਿਰਿਆ ਦੀ ਪਾਲਣਾ ਜਿਹੜੀ ਕਿ ਤੁਹਾਨੂੰ ਹੁਣ ਪੰਜਾਬ ਆਉਣ ਤੋਂ ਪਹਿਲਾਂ ਕਰਨੀ ਬੜੀ ਜ਼ਰੂਰੀ ਹੈ। ਅਕਸਰ ਆਉਣ ਵਾਲੇ ਵਿਅਕਤੀਆਂ ਨੂੰ ਛੱਡ ਕੇ, ਜੋ ਆਉਣ ਜਾਣ ਵਾਲੇ ਵਿਅਕਤੀ ਨੇ, ਕਈ ਏਅਰਪੋਰਟ ਦੇ ਲੋਕਾਂ ਨੂੰ ਛੱਡ ਕੇ ਆਉਂਦੇ ਨੇ, ਜਿਵੇਂ ਵੀ ਹੈ ਪੰਜਾਬ ਦੇ ਵਿੱਚ ਐਂਟਰ ਹੁੰਦੇ ਨੇ, ਸਾਰੇ ਵਿਅਕਤੀ ਨੂੰ ਸੂਬੇ ਵਿੱਚ ਦਾਖਲ ਹੋਣ ਤੋਂ ਪਹਿਲਾਂ 14 ਦਿਨ ਦੇ ਸਹਿਵੇ ਇਕਾਂਤਵਾਸ ਦੇ ਵਿੱਚ ਵੀ ਰਹਿਣਾ ਹੋਵੇਗਾ। ਇਹਦੇ ਨਾਲ ਹੀ ਦੂਜੀ ਗੱਲ ਜੋ ਹੈ ਉਹ ਇਹ ਹੈ ਕਿ ਆਪਣੀ ਸਿਹਤ ਦੀ ਸਾਰੀ ਸਥਿਤੀ ਕੋਵਾ ਐਪ ਤੇ ਰੋਜ਼ਾਨਾ ਡੇਲੀ ਅਪਡੇਟ ਜਿਹੜੀ ਕਿ ਤੁਹਾਨੂੰ ਕਰਨੀ ਪਵੇਗੀ ਤੇ 112 ਦੇ ਉੱਪਰ ਰੋਜ਼ਾਨਾ ਤੁਹਾਨੂੰ ਕਾਲ ਵੀ ਕਰਨੀ ਪਵੇਗੀ। ਜੇਕਰ ਤੁਹਾਡੇ ਅੰਦਰ ਕੋਵਿਡ-19 ਦੇ ਕੋਈ ਲੱਛਣ ਪਾਏ ਜਾ ਰਹੇ ਨੇ ਤਾਂ ਉਸਦੀ ਤੁਰੰਤ ਜਾਣਕਾਰੀ 104 ਤੇ ਕਾਲ ਕਰਕੇ ਦੱਸਣੀ ਪਵੇਗੀ। ਅੰਤਰਰਾਸ਼ਟਰੀ ਯਾਤਰੀਆਂ ਨੂੰ ਪਹਿਲ 7 ਦਿਨ ਦੇ ਵਿੱਚ ਸੰਸਥਾਗਤ ਇਕਾਂਤਵਾਸ ਤੇ ਅਗਲੇ 7 ਦਿਨ ਘਰੇਲੂ ਇਕਾਂਤਵਾਸ ਦੇ ਵਿੱਚ ਰਹਿਣਾ ਜ਼ਰੂਰੀ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਆਤਮ ਨਿਰਭਰ ਭਾਰਤ ਇਨੋਵੇਸ਼ਨ ਚੈਲੰਜ ਦੀ ਸ਼ੁਰੂਆਤ ਕੀਤੀ ਹੈ ਤੇ ਇਹਦੇ ਨਾਲ ਉਹਨਾਂ ਨੇ ਦੇਸ਼ ਦੇ ਵਿੱਚ ਟੈਕ ਤੇ ਸਟਾਰਟਅਪ ਕਮਿਊਨਿਟੀ ਦੇ ਵਿੱਚ ਵੀ ਇਸ ਦਾ ਹਿੱਸਾ ਲੈਣ ਵਾਸਤੇ ਦੇਸ਼ ਨੂੰ ਇੱਕ ਸਵੈ ਨਿਰਭਰ ਐਪ ਇਕੋ ਸਿਸਟਮ ਪ੍ਰਣਾਲੀ ਦੇ ਰੂਪ ਵਿੱਚ ਬਣਾਉਣ ਦਾ ਜੋ ਸੱਦਾ ਦਿੱਤਾ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿੰਕਡਾਊਨ ਉੱਤੇ ਤਕਨੀਕੀ ਪੇਸ਼ਾਵਰਾਂ ਦੇ ਸੰਬੋਧਨ ਦੇ ਵਿੱਚ ਇਹ ਗੱਲਬਾਤ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਕਿ ਅੱਜ ਪੂਰਾ ਦੇਸ਼ ਸਵੈ ਨਿਰਭਰ ਦੇ ਭਾਰਤ ਬਦਲਣ ਦੀ ਦਿਸ਼ਾ ਦੇ ਵਿੱਚ ਕੰਮ ਕਰ ਰਿਹਾ ਤੇ ਦੇਸ਼ ਦੇ ਸ਼ੁਰੂਆਤੀ ਤੇ ਤਕਨੀਕੀ ਇਕੋ ਸਿਸਟਮ ਪ੍ਰਣਾਲੀ ਨੂੰ ਨਵੀਨਤਾ ਤੇ ਵਿਕਾਸ ਅਤੇ ਉਤਸ਼ਾਹ ਕਰਨ ਵਾਸਤੇ ਇਹ ਸਾਰੀਆਂ ਜੋ ਸਾਰਣੀਆਂ ਨੇ ਇਹਦੇ ਉੱਪਰ ਕੰਮ ਕੀਤਾ ਜਾ ਰਿਹਾ ਤੇ ਸਟਾਰਟਅਪ ਦੀ ਸਖ਼ਤ ਮਿਹਨਤ ਤੇ ਪਰਿਭਾਸ਼ਾ ਦੀ ਅਗਵਾਈ ਦੇ ਨਾਲ ਅਸੀਂ ਇੱਕ ਅਜਿਹਾ ਐਪ ਤਿਆਰ ਕਰ ਲਿੱਤਾ ਜਿਸ ਨੂੰ ਬਣਾਉਣ ਵਿੱਚ ਸਫਲਤਾ ਬੜੀ ਮਿਲੀ ਹੈ ਤੇ ਮੌਜੂਦਾ ਮਾਰਕੀਟ ਦੀ ਜ਼ਰੂਰੀ ਜੋ ਜ਼ਰੂਰਤਾਂ ਨੇ ਉਹਨਾਂ ਨੂੰ ਪੂਰੀ ਕੀਤਾ ਜਾ ਸਕਦਾ, ਵਿਸ਼ਵ ਦੇ ਨਾਲ ਮੁਕਾਬਲਾ ਕਰਨ ਵਾਸਤੇ ਆਪਾਂ ਤਿਆਰ ਹੋ ਸਕਦੇ ਹਾਂ। ਆਤਮ ਨਿਰਭਰ ਭਾਰਤ ਇਨੋਵੇਸ਼ਨ ਚੈਲੰਜ ਨੂੰ ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਰੈਗੂਲੇਟ ਕੀਤਾ ਗਿਆ ਤੇ ਇਸ ਦੇ ਨਾਲ ਅਟਲ ਇਨੋਵੇਸ਼ਨ ਮਿਸ਼ਨ ਵੀ ਜਾਰੀ ਰਹੇਗਾ ਤੇ ਇਹਦੇ ਨਾਲ ਦੋ ਤਰੀਕਿਆਂ ਨਾਲ ਤੁਸੀਂ ਕੰਮ ਕੀਤਾ ਜਾਵੇਗਾ। ਪਹਿਲਾ
ऐप नूं उत्साहित करना ते नवी एप्लीकेशन दा विकास करना ते पहले तरीके दे तहत सरकार जो मिशन बोर्ड दे पद्धर दे काम करेगी जो लीडर बोर्ड लई बेहतर गुणवत्ता वास्ते एप्लीकेशन दी पहचान कीती जाऊगी लगभग एक महीना यह पूरा हो जाएगा। दूजे तरीके की गल की जाए तो भारत विच नवे चैंपियन तैयार किए जाणगे इहदे नाल ही नवे जो विचार ने प्रफुल किए जाएंगे होर दूजा मार्केट तक पहुंच की जाएगी ते हरेक लोगों के हाथ विच ये ऐप पहुंचाया जाएगा। सूबे दे विच लगातार वध रही गर्मी ते हुमस ने लोगों का जीना बेहाल किया होया ते तुहानू दस दे कि शनिवार नू मौसम बड़ा बदलाव जिहड़ा कि देखण नू मिलिया जिथे गुरदासपुर की गल की जाए पठानकोट अमृतसर तरनतारन फिरोजपुर जलंधर के आस पास के इलाके में हल्के मीह पैण की संभावना जिहड़ी मौसम विभाग ने जताई गई है ते अगले 24 से 72 घंटिया में मौसम एक्टिव रहेगा जिस कारण 5 से 6 जुलाई नू भारी मीह पैण की उम्मीद जताई जा रही है ते इस दौरान 45 से 50 किलोमीटर प्रति घंटे की रफ्तार नाल हवा का वेग भी पंजाब दे विच वग सकदा है। लुधियाने दे विच पिछले दिनों की गल की जाए तो गर्मी 10 साल का रिकॉर्ड तोड़ चुकी है। शुक्रवार को यह रिकॉर्ड टुटे है वध तो वध पारा लुधियाने दे विच 41 डिग्री पार कर गया है ते सिर्फ एक बार 2012 दे विच वध तो वध तापमान 41 डिग्री पहुंचा सी। इस तो पहला उस तो बाद वध तो वध तापमान 39 डिग्री रिकॉर्ड दर्ज किया गया है। मौसम विभाग की गल की जाए तो मानसून इस बार उत्तर पंजाब विच दाखल होया ते इस कारण पूर्वी मालवा ज्यादातर खेतर घट मीह कारण गर्मी नाल बेहाल हो रहे हैं ते इस दे नाल ही पछमी राजस्थान दे विच गर्म हवावां गर्मी नूं वधा रही हैं ते शनिवार तो हवा की दिशा बदलन जा रही है ते इस दे नाल पंजाब दे लोकां नूं वड्डी राहत मिलेगी। आम आदमी पार्टी दे प्रधान ने एक वड्डा बयान जारी किया ते पंजाब ने सेहत मंत्रालय वल्लों जो ईडी नू नशा छड़ाउण वालियां गोलियां जो गायब होईयां ने 5 करोड़ बूफरे नोफिन दा अता पता बिल्कुल नहीं लग्या सरकारी सरप्रस्ती दे विच ड्रग माफिया दा हथ दस्या। पार्टी हैडक्वार्टर तो जारी बयान दे विच सूबा प्रधान भगवंत मान ने यह गल दा खुलासा कीता। उन्होंने कहा कि 5 करोड़ जो नशा छड्डण वालियां गोलियां ने यह गायब हो चुकियां ने। पंजाब सरकार दी जो आनाकानी रवैये उत्ते वड्डा सवाल उन्हां वल्लों खड़ा कर दिता गया। सरकार ड्रग माफिया चलाउण विच किसी वड्डी मच्छी नूं बचाउणा चाहुंदी है ते नशे दी जिथे गल उन्हां वल्लों कीती गई उन्होंने कहा कि काले धंधे विच पंजाब दा सेहत मंत्रालय सीधे तौर ते शामिल है। इहदे नाल ही आम आदमी पार्टी ने मांग कीती कि इस पूरे मामले की जांच हाई कोर्ट की निगरानी हेठ होनी चाहिए। भगवंत मान ने कहा कि ईडी वालों पंजाब सेहत महकमे को फरवरी 2020 5 करोड़ जो बुफरे नोफिन गोलियां का हिसाब मंगया गया सी जो भेद भरे ढंग दे नाल गायब कर दत्तियां गईयां सन परंतु सेहत मंत्रालय ने अजे तक इन्हां गायब होईयां गोलियां की कोई भी जानकारी ईडी तक नहीं पहुंचाई है। भगवंत मान ने कहा कि इस गबन दीआं सिद्धीआं तारां ड्रग माफिया दे नाल जुड़दीआं नजर आ रहीआं ने जो मुख्यमंत्री कैप्टन अमरिंदर सिंह नशा खत्म करन वास्ते गुटका साहब नूं हथ विच चुक के सौं खांदे नजर आए सी। इस मामले का जिम्मा भी माणयोग जो हाई कोर्ट की जो सीधी निगरानी के हेठ निरपक्ष ते समाबंध जांच दे नाल होना चाहिए। सरकारी पुष्ट पनाई थले पल पल रहे जो ये ड्रग माफिया कई नवीं परतां इहदे विच खुलणगियां ते एक दो मंत्रियों दीआं विकटां भी गिर सकदियां ने। सो आम आदमी पार्टी ने एक बार फिर पंजाब विच नशे नूं लैके वड्डा बयान दिता ते देखना होगा कि हुण पंजाब सरकार वल्लों इस पूरे मामले विच की बयान निकल के सामने आउंदा है। गर्मी बहुत है जी जेकर तुसीं पहाड़ां दी सैर करना चाहुंदे हो तां कोरोना वायरस कारण लगे लॉकडाउन तों बाद हुण हिमाचल प्रदेश ने सैलानियां वास्ते एक वड्डा राह खोल दिता है। सैर सपाटा विभाग संबंधी गाइडलाइन उन्होंने तैयार कर दिती है। हिमाचल प्रदेश जाण वाले सैलानियों नूं घट्टो घट 5 दिन पहला बुकिंग करवानी पवेगी। इस तों अलावा ICMR लैब ते 72 घंटे दौरान की टैसट रिपोर्ट भी तुहानूं देनी पवेगी। बाहर तो आउण वाले हिमाचली लोग ने जो उन्होंने रजिस्ट्रेशन शुरू की जाएगी तो DC तो ई पास की बिल्कुल जरूरत नहीं पवेगी। तो उत्थे ही हिमाचल जाण वालियां वास्ते QR कोड दी जरिए जो एंट्री होवेगी। भावें नवजोत सिंह सिद्धू पिछले कुछ महीनों तो पंजाब दी राजनीति विच चुप धारी बैठे ने उत्थे ही आउण वाले दिनां विच दो राजनीतिक भविखां बारे नवे कयास लगदे नजर आ रहे ने।
ਪੰਜਾਬ ਦੇ ਵਿੱਚ ਰਾਜਨੀਤੀ ਵਿੱਚ ਇੱਕ ਵਾਰ ਫੇਰ ਚਰਚਾ ਤੇਜ਼ ਹੋ ਚੁੱਕੀ ਹੈ ਕਿ 2022 ਵਿੱਚ ਜੋ ਪੰਜਾਬ ਦੇ ਅੰਦਰ ਅਸੈਂਬਲੀ ਦੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਨਾਲ ਲੈ ਕੇ ਚੱਲ ਰਹੀ ਹੈ। ਇਸ ਗੱਲ ਦਾ ਵਿਵਾਦ ਦਾ ਜੋ ਨਿਪਟਾਰਾ ਹੈ ਉਹ ਹੁਣ ਕਰਨਾ ਚਾਹੁੰਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਈ ਖਬਰਾਂ ਸਰਗਰਮ ਹੋਈਆਂ। ਇਹ ਚਰਚਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਬਿਜਲੀ ਮੰਤਰੀ ਬਣਾਇਆ ਜਾ ਸਕਦਾ, ਪੰਜਾਬ ਸਰਕਾਰ ਦੇ ਵਿੱਚ ਉਹਨਾਂ ਨੂੰ ਕੈਬਨਿਟ ਦੀ ਕੁਰਸੀ ਇੱਕ ਵਾਰ ਫੇਰ ਦਿੱਤੀ ਜਾ ਸਕਦੀ ਹੈ। ਪਰ ਵੱਡਾ ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਇਸ ਤੋਂ ਪਹਿਲਾਂ ਬਿਜਲੀ ਵਿਭਾਗ ਤੋਂ ਇਨਕਾਰ ਕਰ ਦਿੱਤਾ ਸੀ, ਕੈਬਨਿਟ ਦੇ ਅਹੁਦੇ ਤੋਂ ਨਵਜੋਤ ਸਿੰਘ ਸਿੱਧੂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਤੋਂ ਸਥਾਨਕ ਸਰਕਾਰਾਂ ਵਿਭਾਗ ਵਾਪਸ ਜਦੋਂ ਉਹਨਾਂ ਨੇ ਲਿੱਤਾ, ਨਵਜੋਤ ਸਿੰਘ ਸਿੱਧੂ ਨੇ ਇਸ ਗੱਲ ਦਾ ਗੁੱਸਾ ਜੋ ਦਿਖਾਇਆ, ਨਾਰਾਜ਼ਗੀ ਪ੍ਰਗਟ ਕੀਤੀ ਹੈ। ਕੈਪਟਨ ਸਾਹਿਬ ਨੇ ਇਹ ਜਿਹੜੇ ਅਹੁਦੇ ਸੀ ਉਹ ਨਵਜੋਤ ਸਿੰਘ ਸਿੱਧੂ ਤੋਂ ਬੈਕ ਕਰ ਲਏ ਸਨ ਤੇ ਅਜਿਹੀ ਸਥਿਤੀ ਵਿੱਚ ਇੱਕ ਵਾਰ ਫਿਰ ਪੰਜਾਬ ਸਰਕਾਰ ਦੇ ਵਿੱਚ ਬਿਜਲੀ ਮੰਤਰੀ ਬਣਨ ਲਈ ਕੀ ਨਵਜੋਤ ਸਿੰਘ ਸਿੱਧੂ ਤਿਆਰ ਹੋਣਗੇ ਜਾਂ ਨਹੀਂ, ਇਸ ਬਾਰੇ ਅਜੇ ਅਟਕਲਾਂ ਮੀਡੀਆ ਦੇ ਵਿੱਚ ਨਿਕਲ ਕੇ ਆ ਰਹੀਆਂ ਨੇ। ਹਾਲਾਂਕਿ ਪੰਜਾਬ ਸਰਕਾਰ ਨਾਲ ਜੁੜੇ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਮੰਨੇ ਜਾਂਦੇ ਪੰਜਾਬ ਸਰਕਾਰ ਦੇ ਜੋ ਬੁਲਾਰੇ ਨੇ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸਾਰੀਆਂ ਚਰਚਾਵਾਂ ਮੀਡੀਆ ਦੇ ਵਿੱਚ ਨੇ, ਨਵਜੋਤ ਸਿੰਘ ਸਿੱਧੂ ਮੰਤਰੀ ਮੰਡਲ ਵਿੱਚ ਪਰਤਣਗੇ ਜਾਂ ਨਹੀਂ, ਇਹ ਪੰਜਾਬ ਕਾਂਗਰਸ ਦੇ ਵਿੱਚ ਆਉਣਗੇ, ਉਹਨਾਂ ਦੀ ਜ਼ਿੰਮੇਵਾਰੀ, ਉਹਨਾਂ ਨੂੰ ਕੀ ਮਿਲੇਗੀ, ਇਹ ਸਭ ਗੱਲਾਂ ਜਿਹੜੀਆਂ ਕਿ ਦਿੱਲੀ ਵਿੱਚ ਬੈਠੀ ਜੋ ਹਾਈ ਕਮਾਨ ਹੈ ਉਹ ਤੈਅ ਕਰੇਗੀ। ਰਾਜ ਕੁਮਾਰ ਵੇਰਕਾ ਨੇ ਕਲੀਅਰ ਕਰ ਦਿੱਤਾ ਕਿ ਨਾ ਹੀ ਕੈਪਟਨ ਸਾਹਿਬ ਨੇ ਇਸ ਤਰ੍ਹਾਂ ਦਾ ਕੋਈ ਬਿਆਨ ਦਿੱਤਾ ਤੇ ਨਾ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਕੋਈ ਇਸ ਤਰ੍ਹਾਂ ਦਾ ਸੰਕੇਤ ਹੈ ਕਿ ਉਹ ਮੰਤਰੀ ਮੰਡਲ ਵਿੱਚ ਵਾਪਸ ਆ ਰਹੇ ਨੇ। ਤੇ ਨਵਜੋਤ ਸਿੰਘ ਸਿੱਧੂ ਕੀ ਕਰਨਾ ਚਾਹੁੰਦੇ ਨੇ ਇਸ ਬਾਰੇ ਵੀ ਕੋਈ ਵੀ ਖਬਰ ਅਜੇ ਤੱਕ ਉਹਨਾਂ ਕੋਲ ਨਹੀਂ ਪਹੁੰਚੀ ਹੈ। ਹਾਈਕਮਾਨ ਇਸ ਦੇ ਉੱਪਰ ਮੋਹਰ ਲਗਾਵੇਗੀ। ਪੰਜਾਬ ਭਾਜਪਾ ਦੇ ਬੁਲਾਰੇ ਸੀਨੀਅਰ ਨੇਤਾ ਦੀਵਾਨ ਅਮਿਤ ਅਰੋੜਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਸਾਨਾਂ ਦੇ ਹਿੱਤ ਵਿੱਚ ਕੇਂਦਰ ਸਰਕਾਰ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ 3 ਕਾਨੂੰਨਾਂ ਬਾਰੇ ਦੱਸਿਆ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਉਹਨਾਂ ਦੀ ਉਪਜ ਦਾ ਸਹੀ ਮੁੱਲ ਮਿਲੇਗਾ, ਉਹਨਾਂ ਨੂੰ ਆਮਦਨ ਵਿੱਚ ਵਾਧਾ ਹੋਊਗਾ। ਉਹਨਾਂ ਨੇ ਕਿਹਾ ਕਿ ਕਾਂਗਰਸ ਤੇ ਹੋਰ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੇ ਉਹ ਗੁੰਮਰਾਹ ਕਰ ਰਹੇ ਨੇ, ਗਲਤ ਬਿਆਨਬਾਜ਼ੀ ਕਰ ਰਹੇ ਨੇ, ਚੁਟਕੀਆਂ ਲੈ ਰਹੇ ਨੇ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ 3 ਕਾਨੂੰਨ ਕਿਸਾਨਾਂ ਦੇ ਵਾਸਤੇ ਤਿਆਰ ਕੀਤੇ ਗਏ ਨੇ, ਫਸਲਾਂ ਦੇ ਘੱਟੋ ਘੱਟ ਮੁੱਲ ਸਮਰਥਨ, ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਸਵਾਮੀਨਾਥ ਕਮਿਸ਼ਨ ਰਿਪੋਰਟ ਆਉਣ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ 10 ਸਾਲ ਸੱਤਾ ਵਿੱਚ ਰਾਜ ਕੀਤਾ, ਪਰ ਕੇਂਦਰੀ ਖੇਤੀਬਾੜੀ ਮੰਤਰੀ ਨੇ ਹਾਲ ਹੀ ਵਿੱਚ ਪੰਜਾਬ 'ਚ ਵਰਚੁਅਲ ਰੈਲੀ ਦੇ ਵਿੱਚ ਬਹੁਤ ਜ਼ੋਰ ਸ਼ੋਰ ਨਾਲ ਇਸ ਗੱਲ ਦਾ ਐਲਾਨ ਕੀਤਾ ਕਿ MSP ਤੇ ਰਹੇਗੀ, ਇਹ ਇਸੇ ਤਰ੍ਹਾਂ ਚੱਲਦੀ ਰਹੇਗੀ। ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਇਸ ਚੀਜ਼ ਨੂੰ ਲੈ ਕੇ ਵਚਨਬੱਧ ਹੈ। ਤਰਨ ਤਾਰਨ ਤੋਂ ਸਾਡੇ ਪੱਤਰਕਾਰ ਬਲਜੀਤ ਸਿੰਘ ਦੀ ਖਾਸ ਰਿਪੋਰਟ। ਔਰ ਇਹ ਅਧਿਆਦੇਸ਼ ਜਿਹੜੇ ਹੈ 3 ਅਧਿਆਦੇਸ਼ ਕਿਸਾਨਾਂ ਦੀ ਭਲਾਈ ਦੇ ਲਈ, ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੇ ਲਈ ਅਤੇ ਕਿਸਾਨਾਂ ਦੀ ਫਸਲ ਬਰਬਾਦ ਨਾ ਹੋਵੇ ਇਹ ਸੁਨਿਸ਼ਚਿਤ ਕਰਨ ਦੇ ਲਈ ਅਧਿਆਦੇਸ਼ ਜਿਹੜੇ ਹੈ ਇਹ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ। 50-60 ਸਾਲ ਪਹਿਲੇ ਨਾਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ, ਤੇ ਅੱਜ ਇਹ ਕਾਂਗਰਸ ਜਿਨ੍ਹਾਂ ਨੂੰ ਆਪਣੇ ਜਵਾਨ 'ਤੇ ਵੀ ਭਰੋਸਾ ਨਹੀਂ ਅਤੇ ਇਸ ਦੇਸ਼ ਦਾ ਕਿਸਾਨ ਜਿਹੜਾ ਹੈ ਉਹ ਕੰਗਾਲੀ ਔਰ ਦੁਰਦਸ਼ਾ ਦਾ ਸ਼ਿਕਾਰ ਹੋ ਰਿਹਾ। ਤੁਸੀਂ ਦੇਖੋ ਕਿ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਕਸਮ ਖਾਧੀ ਸੀ ਕਿ ਮੈਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗਾ। ਬੜੇ ਅਫਸੋਸ ਦੀ ਗੱਲ ਕਿ ਅੱਜ ਇੱਕ ਵੀ ਕਿਸਾਨ ਮੈਨੂੰ ਸਾਹਮਣੇ ਲਿਆ ਕੇ ਖੜਾ ਕਰ ਦਿਓ ਜਿਹਦਾ ਕਰਜ਼ਾ ਮਾਫ਼ ਹੋਇਆ ਹੋਵੇ। ਸਿਰਫ ਮੋਦੀ ਦੇ ਮੋਦੀ ਸਰਕਾਰ, ਮੋਦੀ ਜੀ ਨੇ ਵਾਅਦਾ ਕੀਤਾ ਸੀ ਕਿ ਮੈਂ ਕਿਸਾਨਾਂ ਦੀ ਆਮਦਨੀ ਜਿਹੜੀ ਹੈ ਉਹ ਦੁੱਗਣੀ ਕਰਾਂਗਾ। ਤੁਸੀਂ ਦੇਖੋ ਕਿ ਨਵੇਂ ਅਧਿਆਦੇਸ਼ ਦੇ ਤਹਿਤ ਮੋਦੀ ਸਰਕਾਰ ਨੇ ਇਹ ਤੈਅ ਕੀਤਾ ਕਿ MSP ਜਿਹੜੀ ਹੈ ਉਹ ਰਹਿੰਦੇ ਹੋਏ MSP ਨਹੀਂ ਹਟਾਈ ਜਾਏਗੀ ਔਰ MSP ਰਹਿੰਦੇ ਹੋਏ ਇਹ ਕਾਨੂੰਨ ਲਾਗੂ ਹੋਣਗੇ। ਕਿਸਾਨ
हिंदुस्तान की किसी भी मंडी दे विच ई ट्रेडिंग दे राही, ई ट्रेडिंग एक प्लेटफॉर्म ताकि ई रजिस्ट्रेशन करवा के एक वैबसाइट है उत्थे अपने आप नूं कोई किसान रजिस्टर्ड करा के अपनी फसल दी डिटेल जिहड़ी है वो अपलोड करके वो हिंदुस्तान दे किसी भी मंडी दे विच घर बैठे बिठाए बेच सकदा। अज कांग्रेस कह रही है कि किसान कित्थे जाऊगा जी फसल दे बेचण लई, वो भाई घर बैठे बिठाए इंटरनेट दुनिया कितने दी कितने पहुँच गई। जे बाकी लोग घर बैठे ट्रेडर घर बैठे अपना समान बेच सकदा, घर बैठे ऑनलाइन समान बिक सकदा, तो किसान अपनी फसल क्यों नहीं बेच सकता। सो ये अज कांग्रेस कह रही है जी किसान खत्म हो जाएंगे। इन्हों पुछो 2017 जिहड़ा कैप्टन अमरिंदर सिंह ऑर्डिनेंस लैके आया सी कृषि एक्ट, उन्दे विच भी इन्होंने प्राइवेटाइजेशन लिखी है, मंडीकरण लिखिया, प्राइवेट मंडीकरण लिखिया। 2017 के ऑर्डिनेंस के विच भी कैप्टन अमरिंदर सिंह ने कहा ई कॉमर्स प्लेटफॉर्म लिखिया। देखिए सारिया चीज़ां कैप्टन सरकार लागू नहीं कर पाई, बल्कि गुटका साहब के हाथ रख के जो कसम खाधी सी वह भी गल्ला भुल गया। किसानों का कर्जा माफ नहीं किया, उन्हें सिट्टा के अज किसान जिहड़ा है वो आत्महत्या कर रहा है। इन्ना कहिंदे होए आप जी वालों कोई प्रश्न ਪੰਜਾਬੀ ਖਬਰਾਂ ਦੇ ਵਿੱਚ ਇਹ ਸੀ ਅੱਜ ਦੀਆਂ ਵੱਡੀਆਂ ਖਬਰਾਂ। ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਦੀਆਂ ਰਹਿਣਗੀਆਂ। ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਖਬਰਾਂ ਦੇਖਣੀਆਂ, ਸੁਣਨੀਆਂ, ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ।